ਸਸ਼ੀਕਾਲ গুਡ ਮਾਰਨਿੰਗ ਵੈਲਕਮ ਬੈਕ ਟੂ ਆਰ ਚੈਨਲ ਆਈ ਹੋਪ ਤੁਸੀਂ ਸਾਰੇ ਜਨੇ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਗੇ ਸੋ ਮੇਰਾ ਵਲੌਗ ਸਟਾਰਟ ਹੋ ਰਿਹਾ ਨੌਕ ਵਜੇ ਮੈਂ ਆਪਣਾ ਵਲੌਗ ਸਟਾਰਟ ਕਰ ਲਿਆ ਤੇ ਮੋਕਸ਼ੀ ਸਕੂਲ ਚੱਲ ਗਈ ਹੋਈ ਆ ਤੇ ਮੇਰਾ ਸ਼ੌਪ ਤੇ ਭੇਜਦੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਮੇਰੇ ਹਸਬੰਡ ਸ਼ੌਪ ਤੇ ਜਾਂਦੇ ਆ ਨਾ ਉਸ ਤੋਂ ਬਾਅਦ ਮੈਂ ਆਪਣਾ ਵਲੌਗ ਸਟਾਰਟ ਕਰਦੀ ਹਾਂ ਕਿਉਂਕਿ ਉਸ ਤੋਂ ਪਹਿਲਾਂ ਦੋਨੋਂ ਜਣੇ ਮੈਨੂੰ ਇੰਨਾ ਬਿਜ਼ੀ ਰੱਖਣਗੇ ਨਾ ਕਦੇ ਆਹ ਦੇ ਦੇ ਕਦੇ ਆਹ ਕਰ ਦੇ ਕਦੇ ਉਹ ਕਰ ਦੇ ਬਸ ਫਿਰ ਮੈਂ ਉਹਨਾਂ ਚ ਹੀ ਲੱਗੀ ਰਹਿਣੀ ਹੁੰਨੀ ਆ ਪਿੱਛੇ ਦੇਖ ਲਓ ਮੌਕਸ਼ੀ ਨੇ ਸਾਰੀ ਦੀਵਾਰ ਖਰਾਬ ਕਰੀ ਹੋਈ ਹੈ ਜਿਹੜੀ ਨਜ਼ਰ ਆ ਰਹੀ ਹੈ ਤੇ ਇਹਨਾਂ ਹੁਣ ਮੈਂ ਆਪਣਾ ਕੜੀ ਬਣਾਈ ਹੈਗੀ ਕੜੀ ਨੂੰ ਤੜਕਾ ਲਗਾਇਆਗਾ ਤੇ ਅੱਜ ਮੈਂ ਹੁਣੇ ਨਹਾ ਵੀ ਲਈ ਤੇ ਹੈੱਡ ਵਾਸ਼ ਕਰਿਆਗਾ ਤੇ ਇਹ ਮੈਂ ਇਸ ਕਰਕੇ ヘア ਲਾਇਆ ਹੋਇਆਗਾ ਕਿਉਂਕਿ ਫਿਰ ਮੈਂ ਹੁਣ ਬਣਾ ਰਹੀ ਸੀ ਕੜੀ ਵਗੈਰਾ ਵਾਲ ਵਿੱਚ ਆਉਂਦੇ ਆ ਰਹੇ ਸੀਗੇ ਫਿਰ ਮੈਂ ਕਿਹਾ ਚਲੋ ਵੀ ਬਨ ਲੈਣੀ ਐਵੇਂ ਕਰਕੇ ਕਿਉਂਕਿ ਗਿੱਲੇ ਨੇ ਹਲੇ ਉਦਾਂ ਦਾ ਬਨ ਨਹੀਂ ਸਕਦੀ ਫਿਰ ਐਵੇਂ ਗਿੱਲੇ ਤਾਂ ਚੰਗਾ ਲੱਗਣਾ ਹਨ ਤੇ ਬਸ ਮੈਂ ਕਿਹਾ ਚਲੋ ਆਪਣਾ ਵਲੌਗ ਵੀ ਮੈਂ ਸਟਾਰਟ ਕਰ ਲੈਣੀ ਹੈਗੀ ਚਲੋ ਚਲੋ ਹੁਣ ਤੁਸੀਂ ਸਾਰੇ ਜਣੇ ਮੇਰੇ ਨਾਲ ਮੇਰੇ ਵਲੌਗ ਦੇ ਵਿੱਚ ਬਨੇ ਰਹੋ ਜਿਹਨੂੰ ਵੀਡੀਓ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਤੇ ਜਿਹੜਾ ਕੋਈ ਪਹਿਲੀ ਵਾਰ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਕਮੈਂਟ ਕਰਿਆ ਕਰੋ ਠੀਕ ਹੈ ਸੋ ਹਾਂਜੀ ਫੈਮਿਲੀ ਇਹ ਨਾ ਮੇਰਾ ਜਿਹੜਾ ਵਲੌਗ ਹੈ ਇਹ ਬੁੱਧਵਾਰ ਦਾ ਹੈਗਾ ਬੁੱਧਵਾਰ ਨੂੰ ਮੈਂ ਸ਼ੂਟ ਕੀਤਾ ਹੋਇਆ ਤੇ ਤੁਹਾਨੂੰ ਹਨਾ ਵੀਰਵਾਰ ਨੂੰ ਰਾਤ ਨੂੰ ਦੇਖਣ ਨੂੰ ਮਿਲੇਗਾ ਸੋ ਬਸ ਇੱਥੇ ਨਾ ਮੈਂ ਕੜੀ ਵਗੈਰਾ ਧਰਤੀ ਹੋਈ ਸੀ ਤੇ ਨਾਲ ਫਿਰ ਮੇਰੇ ਬਰਤਨ ਵਗੈਰਾ ਜਿਹੜੇ ਧੋਏ ਪਏ ਸੀ ਕਿ ਮੈਂ ਕਿਹਾ ਚਲੋ ਆ ਵੀ ਥਾਂ ਤੇ ਜੋੜ ਦਿੰਨੀ ਆ ਟੋਕਰੇ ਦੇ ਵਿੱਚ ਬਸ ਮੈਂ ਆਪਣੇ ਬਰਤਨ ਜੋੜ ਰਹੀ ਸੀ ਨਾਲ ਹੀ ਮੈਂ ਆਪਣੇ ਕਿਚਨ ਦੀ ਕਲੀਨਿੰਗ ਕਰ ਰਹੀ ਸੀ ਕਿਉਂਕਿ ਮੇਰਾ ਕਿਚਨ ਦਾ ਕੰਮ ਹੋਇਆ ਨਹੀਂ ਸੀਗਾ ਹਲੇ ਤੇ ਮੈਂ ਕਿਚਨ ਦਾ ਕੰਮ ਨਿਬੇੜਨ ਤੋਂ ਬਾਅਦ ਫਿਰ ਬਾਹਰਲਾ ਕੀਤਾ ਸੀ ਅੱਜ ਮੈਂ ਪਹਿਲਾਂ ਕਿਚਨ ਦਾ ਨਿਬੇੜ ਲਿਆ ਜਿੱਦਾਂ ਹਨ ਜਿਵੇਂ ਹੀ ਸਾਰਾ ਨਾਸ਼ਤਾ ਵਗੈਰਾ ਕੀਤਾ ਉਸ ਤੋਂ ਬਾਅਦ ਫਿਰ ਮੈਂ ਆਪਣਾ ਵਲੌਗ ਸਟਾਰਟ ਕੀਤਾ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਦੋਂ ਮੇਰੇ ਹਸਬੰਦ ਚੱਲ ਜਾਂਦੇ ਆ ਉਹਨਾਂ ਦਾ ਨਾਸ਼ਤਾ ਕਰਾ ਦਿੰਨੀ ਆ ਫਿਰ ਨਾਲ ਹੀ ਮੈਂ ਆਪ ਕਰ ਲੈਨੀ ਆ ਸਾਰੇ ਅਸੀਂ ਨਾਸ਼ਤਾ ਕਰ ਲੈਨੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਵੀਡੀਓ ਸਟਾਰਟ ਕਰ ਲੈਨੀ ਹੁਣੇ ਕਿਉਂਕਿ ਫਿਰ ਮੇਰਾ ਰੁਟੀਨ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਸਾਰਿਆਂ ਨਾਲ ਵੀਡੀਓ ਸ਼ੇਅਰ ਕਰਨ ਦਾ ਤੇ ਬਸ ਇੱਥੇ ਨਾਲ ਫਿਰ ਨਾਸ਼ਤਾ ਵਗੈਰਾ ਮੈਂ ਵੀ ਕਰ ਲਿਆ ਹੀ ਸਾਰਿਆਂ ਦਾ ਹੋ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਜਿਵੇਂ ਹੀ ਨਾਸ਼ਤੇ ਦੇ ਬਰਤਨ ਸੀ ਮੈਂ ਚਲੋ ਨਾਲ ਵੀਡੀਓ ਬਣਾ ਲੈਨੀ ਆ ਤੇ ਬਸ ਨਾਲ ਹੀ ਇਹਨਾਂ ਬਰਤਨ ਵਗੈਰਾ ਹਣਾ ਜੇ ਮੰਨ ਲਓ ਜਿਵੇਂ ਮੇਰੇ ਸਲੈਬ ਹੈ ਨੇੜੇ ਹਨਾ ਉਹ ਸਾਰੀਆਂ ਸਲੈਬ ਚੁੱਲਾ ਸਭ ਕੁਝ ਸਾਫ ਕਰ ਲੂੰਗੀ ਅੱਜ ਮੈਂ ਬਹੁਤ ਦਿਨ ਬਾਅਦ ਕੜੀ ਬਣਾ ਰਹੀ ਸੀਗੀ ਪਤਾ ਕੀ ਹੋਇਆ ਮੋਕਸ਼ੀ ਨੇ ਨਾ ਇੱਕ ਰਾਤ ਪਹਿਲਾਂ ਮੈਂ ਨਾ ਜੋ ਬਣਾਈ ਸੀ ਪਕੌੜੇ ਉਹ ਵੀ ਆਲੂ ਦੇ ਸਿੰਪਲ ਮੋਕਸ਼ੀ ਵਾਸਤੇ ਤੇ ਮੋਕਸ਼ੀ ਨੇ ਦੋ ਚਾਰ ਖਾਏ ਫਿਰ ਉਦਾਂ ਹੀ ਪਏ ਰਹੇ ਮੈਂ ਕਿਹਾ ਕਿਉਂ ਵੇਸਟ ਕਰਨੇ ਹਨਾ ਵੀ ਮੈਂ ਕੜੀ ਬਣਾ ਲੈਣੀ ਆ ਤੇ ਫਿਰ ਕੜੀ ਬਣਾ ਲਈ ਸੀਗੀ ਮੈਂ ਕਿਉਂਕਿ ਅੱਜ ਕੱਲ ਮੌਸਮ ਵੀ ਇਦਾਂ ਦਾ ਹੋਇਆ ਪਿਆ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਕੋਈ ਸਬਜ਼ੀ ਖਾਣ ਦਿਲ ਨਹੀਂ ਕਰਦਾ ਪਤਾ ਨਹੀਂ ਕਿਦਾਂ ਦਾ ਮੌਸਮ ਹੋਇਆ ਪਿਆ ਕਈ ਵਾਰ ਤਾਂ ਰੋਟੀ ਖਾਣ ਨੂੰ ਵੀ ਦਿਲ ਨਹੀਂ ਕਰਦਾ ਮੰਨ ਲਓ ਜਿਵੇਂ ਮੈਂ ਰੋਟੀ ਖਾਣੀ ਹੋ ਉਸ ਆਪਨਾ ਮੇਰੀ ਰੋਟੀ ਅੱਗੇ ਨਾ ਹੋ ਘਟ ਗਈ ਵੀ ਹੁਣ ਦਿਲ ਨਹੀਂ ਕਰਦਾ ਤੇ ਉਸ ਤੋਂ ਬਾਅਦ ਹਣਾ ਜਿਵੇਂ ਹੀ ਮੈਂ ਆਪਣਾ ਸਲੈਵ ਵਗੈਰਾ ਸਾਫ਼ ਕਰ ਰਹੀ ਸੀ ਸਾਰੀਆਂ ਚੰਗੀ ਤਰ੍ਹਾਂ ਵੀ ਇੱਥੇ ਹਣਾ ਵੀ ਥੋੜੇ ਥੋੜੇ ਦਿਨਾਂ ਬਾਅਦ ਆਪਾਂ ਨੂੰ ਇੱਕ ਕਲੀਨਿੰਗ ਤਾਂ ਕਰਨੀ ਪੈਂਦੀ ਹੈ ਕਿਉਂਕਿ ਰਸੋਈ ਦੇ ਵਿੱਚ ਆਪਾਂ ਸਾਰਾ ਦਿਨ ਲੱਗੇ ਰਹਿੰਦੇ ਆ ਖਾਣਾ ਬਣਾਉਣਾ ਇਹ ਬਣਾਉਣਾ ਉਹ ਜਿਹੜੀ ਵੀ ਆਪਾਂ ਸਬਜ਼ੀ ਤੜਕਾ ਲਗਾਉਂਦੇ ਆ ਉਹਦੀ ਮਿੱਟੀ ਧੂੜ ਜੀ ਜਿਹੜੀ ਉੱਡਦੀ ਹੈਗੀ ਉਹ ਸਾਰੀ ਦੀਵਾਰਾਂ ਤੇ ਲੱਗ ਜਾਂਦੀ ਹੁੰਦੀ ਹੈ ਇਹ ਤਾਂ ਦਿਨ ਲਈ ਸਾਫ਼ ਕਰਨੀ ਪੈਂਦੀ ਹੈ ਫਿਰ ਇੱਕ ਦੋ ਦਿਨਾਂ ਬਾਅਦ ਮੈਂ ਕਰ ਲੈਣੀ ਹੁੰਦੀ ਹੈਗੀ ਤੇ ਕੁਝ ਇਹ ਵੀ ਹੁੰਦਾ ਕਿ ਜੇ ਆਪਾਂ ਕੰਮ ਲੱਗਿਆਂ ਤਾਂ ਟੀਪ ਕਲੀਨਿੰਗ ਕਰ ਹੀ ਲਈਏ ਤੇ ਬਸ ਇੱਥੇ ਨਾਲ ਰਿਸੀ ਤੇ ਬਾਕੀ ਥੈਂਕ ਯੂ so much ਤੁਸੀਂ ਸਾਰਿਆਂ ਨੇ ਮੇਰੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਸਪੋਰਟ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਜਿੰਨਾ ਕੀਤਾ ਜਾਵੇ ਉਹਨਾਂ ਥੋੜਾ ਹੈਗਾ ਸੋ ਇਦਾਂ ਹੀ ਪਿਆਰ ਸਪੋਰਟ ਬਣਾਏ ਰੱਖਿਓ ਤੇ ਲਾਸਟ ਤੱਕ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਐ ਸਕਿੱਪ ਕਰਕੇ ਨਾ ਦੇਖਿਆ ਕਰੋ ਜੇ ਤੁਸੀਂ ਫੁੱਲ ਵਾਚ ਕਰੋਗੇ ਤੁਹਾਨੂੰ ਤਾਂ ਹੀ ਸਮਝ ਲੱਗੇਗਾ ਮੈਂ ਕੀ ਬੋਲ ਰਹੀ ਆ ਜਾਂ ਕੀ ਦਿਖਾ ਰਹੀ ਆ ਸੋ ਪਲੀਜ਼ ਫੁੱਲ ਵਾਚ ਕਰਿਆ ਕਰੋ ਤਾਂ ਕਿ انا ਮੇਰਾ ਚੈਨਲ ਮੈਂ ਮੋਨਟਾਈਜ਼ ਕਰਾ ਪਾਵਾਂ ਮੈਂ ਵਾਚ ਟਾਈਮ ਦੀ ਕਮੀ ਆ ਹੁਣ ਤਾਂ ਬਸ ਮੈਂ ਕਹਿੰਦਾ ਮਤਲਬ ਕਿ ਮ ਨੀਂਦ ਹੈ ਬਾਕੀ ਹੋਰ ਸਾਰਾ ਕੁਝ ਮੇਰਾ ਕੰਪਲੀਟ ਹੋ ਚੁੱਕਿਆ ਹੈ ਪ੍ਰੋਸੈਸ ਜਿਹੜਾ ਮੇਰਾ ਕਰਨਾ ਸੀ ਪੂਰਾ ਤੇ ਬਸ ਉਹਨੂੰ ਵਾਚ ਟਾਈਮ ਚ ਆਉਂਦਾ ਬਹੁਤ ਜਲਦੀ ਮੈਂ ਕੰਪਲੀਟ ਕਰ ਲਾਂ ਬਸ ਮੈਨੂੰ ਹੁਣ ਇਦਾਂ ਹੋਇਆ ਪਿਆ ਕਿਉਂਕਿ ਇੱਕ ਇੱਕ ਦਿਨ ਕਰਕੇ ਨਾ ਮੈਂ ਡੇਲੀ ਹੁਣ ਮੇਰੇ ਤੋਂ ਸਬਰ ਨਹੀਂ ਹੋ ਰਿਹਾਗਾ ਸੋ ਇਦਾਂ ਹੀ ਹੁੰਦਾ ਜਿਹੜਾ ਆਪਾਂ ਕੰਮ ਲੱਗੇ ਹੋਈਏ ਉਸ ਕੰਮ 'ਚ ਆਪਣਾ ਇਨਾ ਇੰਟਰਸਟ ਹੋ ਜਾਂਦਾ ਕਿ ਦਿਨ ਰਾਤ ਆਪਾਂ ਉਸੇ ਵਾਸਤੇ ਸੋਚਣ ਲੱਗ ਜਾਂਦੇ ਹਣਾ ਮੇਰੇ ਨਾਲ ਸੇਮ ਇਦਾਂ ਹੈ ਮੈਨੂੰ ਰਾਤ ਨੂੰ ਕਿੰਨੇ ਦਿਨ ਹੋ ਗਏ ਨੀਂਦ ਨਹੀਂ ਆ ਰਹੀ ਪਤਾ ਨਹੀਂ ਕਿਉਂ ਨਹੀਂ ਆ ਰਹੀ ਟੈਨਸ਼ਨ ਹੁੰਦੀ ਹੈ ਜਾਂ ਕਿੱਦਾਂ ਹਨਾ YouTube ਤੇ ਸக்ஸੈਸ ਹੋ ਪਾਉਂਗੀ ਜਾਂ ਨਾ ਕੀ ਮਾਈਂਡ ਦੇ ਵਿੱਚ ਬਹੁਤ ਗੱਲਾਂ ਆਉਂਦੀਆਂ ਮੇਰੇ ਮੈਨੂੰ 2-3 ਦਿਨ ਹੋ ਗਏ ਰਾਤ ਨੂੰ ਨੀਂਦ ਨਹੀਂ ਆ ਰਹੀ 3-4 ਵਜੇ ਤੋਂ ਬਾਅਦ ਜਾ ਖੁੱਲ ਜਾਂਦੀ ਹੈ ਕਿ ਮੈਨੂੰ ਇਦਾਂ ਫਿਰ YouTube ਬਾਰੇ ਖਿਆਲ ਆਣ ਲੱਗ ਜਾਂਦੇ ਆ ਤੇ ਫਿਰ ਮੈਂ ਨਾਲ ਦੀ ਨਾਲ ਦੇਖਦੀ ਹੁੰਨੀ ਆ ਮੇਰੀ ਵੀਡੀਓ ਕੱਢ ਕੇ ਕਿ ਹਾਂ ਕਿੰਨੇ ਈ ਵਿਊਜ਼ ਆਏ ਜਾਂ ਕੀ ਬਣਿਆ ਸੋ ਉਹੀ ਹੁੰਦਾ ਜਿਹੜੇ ਕੰਮ 'ਚ ਆਪਾ ਪੈ ਜੀਓ ਕੰਮ 'ਚ ਪਿਆਰ ਵੀ ਪੈ ਜਾਂਦਾ ਤੇ ਮੋਹ ਵੀ ਪੈ ਜਾਂਦਾ ਹੈਗਾ ਤੇ ਮੇਰੇ ਨਾਲ ਤਾਂ ਇਦਾਂ ਹੀ ਹੈ ਜੇ ਇਸ ਕੰਮ 'ਚ ਮੈਂ ਪੈ ਜਾਨੀ ਫਿਰ ਉਸ ਕੰਮ ਵੱਲ ਜ਼ਿਆਦਾ ਹੋ ਬਟ ਯੂਟਿਊਬ ਨੇ ਸਿਖਾਤਾ ਕਿ ਸਬਰ ਕਰਾਂਗੇ ਤਾਂ ਸਬਰ ਦਾ ਫਲ ਮਿੱਠਾ ਹੁੰਦਾ ਹੈ ਸ਼ਾਇਦ ਮੈਂ ਸਬਰ ਕਰੂੰਗੀ ਫਲ ਮਿੱਠਾਈ ਮਿਲੂਗਾ ਤਾਂ ਮੇਰੇ ਜ਼ਿੰਦਰ ਬਿਲਕੁਲ ਵੀ ਸਬਰ ਨਹੀਂ ਸੀਗਾ ਬਟ ਹੁਣ ਸਬਰ ਕਰਨ ਲੱਗੀ ਸੋ ਹਾਂਜੀ ਫੈਮਿਲੀ ਆਪਾਂ ਨਾ ਹੁਣੇ ਸਸ ਰਸੋਈ ਦਾ ਕਰਕੇ ਆਏ ਹਾਂ ਤੁਸੀਂ ਮੇਰੇ ਵਲੌਗ ਦੇ ਵਿੱਚ ਦੇਖ ਲਿਆ ਹੁਣਾ ਤੇ ਵਾਲ ਮੈਂ ਬੰਨ ਲਏ ਕਿਉਂਕਿ ਮੈਨੂੰ ਗਰਮੀ ਬਹੁਤ ਲੱਗਦੀ ਹੈ ਅੱਜ ਕੱਲ ਤਾਂ ਬਹੁਤ ਗਰਮੀ ਹੋਈ ਪੇ ਘੁੰਮਸੁੰਜਾ ਲੱਗ ਜਾਂਦਾ ਹੈਗਾ ਤੇ ਆਪਾਂ ਹੁਣ ਮੈਂ ਗੱਦੇ ਚੱਕਣ ਲੱਗੀ ਸੀ ਗੱਦੇ ਚੱਕ ਕੇ ਆਪਾਂ ਜਿਹੜੀ ਆ ਸਾਹਮਣੇ ਦਵਾਰ ਮੋਕਸ਼ੀ ਨੇ ਖਰਾਬ ਕੀਤੀ ਹੋਈ ਹੈ ਜਿੰਨੀ ਖੋਈ ਥੋੜੀ ਜਿਹਾ ਪਪੂਤੀ ਕਰ ਲੈਣਾ ਕਿ ਸਾਫ-ਸਾਫ ਲੱਗੇਗੀ ਤੇ ਦੇਖਦੇ ਆਂ ਅਗਰ ਹੋਈ ਤਾਂ ਕਰ ਲੂਗੀ ਹੁਣੇ ਅਗਰ ਨਾ ਹੋਈ ਤਾਂ ਫਿਰ ਕੱਲ ਕਰਾਂਗੇ ਬਾਕੀ ਮੈਂ ਕਿਹਾ ਚਲੋ ਜੇ ਦੱਸ ਦਿੰਨੀ ਆ ਜੇ ਕਰੂੰਗੀ ਤਾਂ ਤੁਹਾਨੂੰ ਸਾਰਿਆਂ ਨੂੰ ਵਲੌਗ ਦੇ ਵਿੱਚ ਤੇ ਬਾਕੀ ਮੋਕਸ਼ੀ ਦੇ ਸਕੂਲੋਂ ਆਨ ਦਾ ਟਾਈਮ ਵੀ ਹੋਏ ਕਿਉਂਕਿ ਉਹਦੇ ਐਗਜ਼ਾਮ ਚੱਲ ਰਹੇ ਨੇ ਤੇ ਉਹ ਸਕੂਲੋਂ ਵੀ ਆਏਗੀ ਹੁਣੇ ਤੇ ਬਸ ਕੰਮ ਬਹੁਤ ਜ਼ਿਆਦਾ ਪਏ ਨੇ ਹਲੇ ਹਨੇ ਕਿ ਚੰਦਾ ਹੀ ਹੋਇਆ ਝਾਲੂ ਵਗੈਰਾ ਸਾਰੇ ਕੰਮ ਪਏ ਨੇ ਤੇ ਪਤਾ ਨਹੀਂ ਆ ਮੇਰੇ ਕੀ ਪਿੰਪਲ ਜਾ ਹੋ ਗਿਆ ਹੋਇਆਗਾ ਬਹੁਤ ਜ ਵੱਡਾ ਹੋ ਗਿਆ ਜਿਵੇਂ 2-3 ਦਿਨਾਂ ਤੋਂ ਮੈਨੂੰ ਐਂ ਖੀਜੇ ਜੀ ਆਈ ਜਾਂਦੇ ਆ ਇਹਨੂੰ ਦੇਖ ਦੇਖ ਕੇ ਕਿਉਂਕਿ ਮੇਰੀ ਸਕਿਨ ਤੇ ਕੁਝ ਵੀ ਹੋ ਜੇ ਨਾ ਮੈਨੂੰ ਵੈਮ ਪੈ ਜਾਂਦਾਗਾ ਤੇ ਚਲੋ ਫਿਰ ਵਲੌਗ ਦੇ ਵਿੱਚ ਕੰਟੀਨਿਊ ਬਣੇ ਰਹੋ ਆਪਾਂ ਆਪਣੇ ਕੰਮ ਨੂੰ ਲੱਗੇ ਹੋਇਆ ਕਰਨ ਸੋ ਹਾਂਜੀ ਫੈਮਿਲੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਸੀ ਹੁਣੇ ਮੈਂ ਪੁੱਟੀ ਕਰੂੰਗੀ ਇੱਥੇ ਜਿਹੜੀ ਦੀਵਾਰ ਹੈ ਮੋਕਸ਼ ਨੇ ਸਾਹਮਣੇ ਖਰਾਬ ਕੀਤੀ ਹੋਈ ਹੈ ਨੇਲੇ ਪੇਂਟ ਲਗਾ ਕੇ ਹਨਾ ਬਹੁਤ ਜ਼ਿਆਦਾ ਬੁਰੀ ਲੱਗ ਰਹੀ ਸੀ ਉਹਨ ਵਿਡੀਓ ਦੇ ਵਿੱਚ ਵੀ ਮੈਨੂੰ ਖੁਦ ਨੂੰ ਚੰਗੇ ਨਹੀਂ ਲੱਗਦੀ ਸੀ ਮੇਰਾ ਦਿਲ ਕਰਦਾ ਸੀ ਇਹਦਾ ਕੁਝ ਕਾਰਾ ਮੈਂ ਤੇ ਫਿਰ ਮੈਂ ਗੱਦੇ ਵਗੈਰਾ ਇੰਜ ਲਗਾਤੇ ਮੈਂ ਕਿਹਾ ਚਲੋ ਅੱਜ ਆਪਾਂ ਪੁੱਟੀ ਕਰਦੇ ਹਾਂ ਹਨਾ ਨਿਲਤਾ ਵਾਲੀ ਸਾਰਨਾ ਮੈਂ ਵੀਡੀਓ ਸ਼ੇਅਰ ਕਰ ਲੂੰਗੀ ਬਸ ਮੈਨੂੰ ਇਦਾਂ ਹੀ ਸੀਗਾ ਤੁਸੀਂ ਸਾਰਿਆਂ ਨੇ ਮੇਰੀ ਇਸ ਵਾਲੀ ਵੀਡੀਓਸ ਨੂੰ ਪੁੱਟੀ ਵਾਲਿਆਂ ਨੂੰ ਬਹੁਤ ਸਪੋਰਟ ਤੇ ਪਿਆਰ ਦਿਨੇ ਹੋ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਵਧੀ ਦੇ ਵਗੈਰਾ ਕਰਕੇ ਇਦਾਂ ਕਿਉਂਕਿ ਪਾਪਾ ਇੱਥੇ ਮੋਕਸ਼ੀਨ ਨੂੰ ਲੈਣ ਗਏ ਹੋਏ ਸੀ ਕਿਉਂਕਿ ਫਿਰ ਅਸੀਂ ਅੱਟੇ ਇਕੱਠੇ ਹੀ ਕੰਮ ਸ਼ੁਰੂ ਕਰਦੇ ਹੁੰਦੇ ਆ ਤੇ ਮੈਂ ਕਿਹਾ ਚੱਲ ਇੰਨੇ ਤੁਸੀਂ ਮੋਕਸ਼ੀਨ ਲਿਆਓ ਵੀ ਇੰਨੇ ਮੈਂ फटाफट ਆਪਣਾ ਹਨਾ ਝਾੜੂ ਵਗੈਰਾ ਮਾਰ ਲੈਣੀ ਆ ਬਸ ਮੈਂ ਝਾੜੂ ਵਗੈਰਾ ਮਾਰ ਲਾਗੀ ਸਾਰੇ ਘਰ ਦੇ ਵਿੱਚ ਫਿਰ ਮੈਂ ਪੋਚਾ ਸ਼ਾਇਦ ਨਹੀਂ ਲਗਾਇਆ ਸੀ ਕਿਉਂਕਿ ਫਿਰ ਮੈਂ putted ਵਗੈਰਾ ਕਰਨੀ ਸੀ ਫਿਰ ਉਹਦੇ ਨਾਲ ਜਿਹੜਾ ਗੰਦ ਹੈ ਥੱਲੇ ਪੁੱਟੀ ਡਿੱਗਦੀ ਰਹਿੰਦੀ ਹੈ ਫਿਰ ਗੰਦ ਜਿਆ ਪੈ ਜਾਂਦਾ ਖਲਾਰਾ ਜਾਂ ਫਿਰ ਸਾਰੇ ਘਰ ਦੇ ਵਿੱਚ ਪੈਰਾਂ ਨਾਲ ਮੈਂ ਕਿਹਾ ਜਾਏਗਾ ਇਸ ਤੋਂ ਬਾਅਦ ਬੋਚਾ ਲਗਾ ਦੂੰਗੀ ਵੀ ਮੈਂ ਪਹਿਲਾਂ ਤਾ ਕਰਕੇ ਫਿਰ ਮੈਂ ਛਾੜਦਾ ਸੀ ਬਸ ਝਾੜੂ ਵਗੈਰਾ ਮਾਰਦਾ ਸੀ ਸਾਰੇ ਕਮਰਿਆਂ ਦੇ ਵਿੱਚ ਸਟੋਇੰਗ ਰੂਮ ਚ ਸਾਰੇ ਪਾਸੇ ਮੈਂ ਝਾੜੂ ਮਾਰਦਾ ਹੋਇਆ ਸੀ ਬਸ ਜੇ ਝਾੜੂ ਵੱਜ ਜਾਂਦਾ ਥੋੜਾ ਮਨ ਨੂੰ ਤਸੱਲੀ ਮਿਲ ਜਾਂਦੀ ਕਿ ਹੁਣ ਅੱਧਾ ਕੰਮ ਹੋ ਗਿਆ ਥੋੜਾ ਰਹਿ ਗਿਆ ਤੇ ਇੱਥੇ ਮੇਰਾ ਹਨਾ ਆਟਾ ਗੁੰਨੇ ਪਿਆ ਸੀ ਮੈਂ ਕੜੀ ਦੇ ਨਾਲ ਚਾਵਲ ਵੀ ਬਣਾ ਲਏ ਸੀ ਕੜੀ ਚਾਵਲ ਬਣੇ ਹੋਏ ਸੀ ਸਾਰਾ ਕੰਮ ਮੇਰਾ ਰੈਡੀ ਸੀ ਵੀ ਮੇਰੇ ਹਸਬੰਦ ਦੀ ਦੁਪਹਿਰੇ ਰੋਟੀ ਜਾਂਦੀ ਹੈ ਮੈਨੂੰ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਬੇਚਿੰਦੇ ਹੋ ਕੇ ਆਪਣੇ ਕੰਮ ਲੱਗ ਗਈ ਸੀ ਕਰਨ ਤੇ ਵੈਸੇ ਪੂਟੀ ਕਰਨ ਤੋਂ ਬਾਅਦ ਬਹੁਤ ਤੁਵਾਦ ਫਿਰ ਮੈਂ ਆਪਣਾ ਦਵਾਈ ਵਗੈਰਾ ਲਈ ਗੋਲੀ ਵਗੈਰਾ ਉਸ ਤੋਂ ਬਾਅਦ ਜਾ ਕੇ ਮੇਰਾ ਲੱਗਦਾ ਠੀਕ ਹੋਇਆ ਨਹੀਂ ਤਾਂ ਉਹੀ ਹੁੰਦਾ ਨਾ ਆਪਾਂ ਕਦੇ-ਕਦੇ ਨਹੀਂ ਮਿਹਨਤ ਕਰਦੇ ਆਂ ਵੀ ਰੋਜ਼-ਰੋਜ਼ ਆਪਾਂ ਨਹੀਂ ਇਹ ਜੇ ਕੰਮ ਕਰਦੇ ਜਦੋਂ ਕਦੇ-ਕਦੇ ਕਰਦੇ ਆਂ ਤਾਂ ਕਾਵੜ ਜ਼ਿਆਦਾ ਹੋ ਜਾਂਦੀ ਹੈ ਸੋ ਬਸ ਇਦਾਂ ਹੀ ਹੁੰਦਾ ਮੈਨੂੰ ਤਾਂ ਥਕਾਵਟ ਨਾਲ ਬੁਖਾਰ ਚੜਨ ਲੱਗ ਜਾਂਦਾ ਬਟ ਕੱਲ ਨਹੀਂ ਚੜਿਆ ਸ਼ੁਕਰ ਹੈ ਤੇ ਉਹੀ ਹੋ ਜਾਂਦਾਗਾ ਤੇ ਬਸ ਇਥੇ ਹੁਣ ਮੈਂ ਝਾੜੂ ਕਰ ਲਿਆ ਸੀ ਅੰਦਰੋਂ ਤੇ ਫਿਰ 12 ਆ ਗਈ ਸੀ 12 ਵੀ ਫਿਰ ਕੱਢੀ ਸੀ ਤੇ ਅੱਜ ਤੇ ਸਕੂਟਰ ਨਹੀਂ ਖੜਿਆ ਹੋਇਆ ਸੀ ਕਹਿੰਦਾ ਮਤਲਬ ਸਕੂਟੀ ਨਹੀਂ ਖੜੀ ਹੋਈ ਸੀ ਪਾਪਾ ਨੇ ਬਾਹਰ ਖੜਾਈ ਹੋਈ ਸੀ ਉਹ ਖੜਾਈ ਨਹੀਂ ਹੋਈ ਸੀ ਸੱਚ ਪਾਪਾ ਮੋਕਸ਼ੀ ਲੈਣ ਗਏ ਹੋਏ ਸੀ ਯਾਦ ਆ ਗਿਆ ਮੈਂ ਭੁੱਲ ਜਾਂਦੀ ਹਾਂ ਗੱਲ ਕਰਦੇ ਕਰਦੇ ਤੇ ਬਸ ਉਹ ਹੀ ਲੈਣ ਗਏ ਹੋਏ ਸੀ ਤੇ ਮੈਂ ਫਟਾਫਟ ਝਾੜੂ ਕੱਢ ਲਿਆ ਤੇ ਕਈ ਨਾ ਮੈਨੂੰ ਅ ਹਮ ਇੱਕ ਦੋ ਕਿੰਨੇ ਮਤਲਬ ਕਿ ਸਬਸਕ੍ਰਾਈਬਰ ਨਹੀਂ ਹੈਗੇ ਵੀ ਫਰੈਂਡ ਹੀ ਲਾ ਲੋ ਵੀ ਹਲੇ ਅਸੀਂ ਜਾਦਾ ਗੱਲਬਾਤ ਨਹੀਂ ਕੀਤੀ ਇੱਕ ਦੋ ਜਾਂ ਇੱਕ ਹੈਗੀ ਹੈਗੀ ਉਹਨਾਂ ਮੈਨੂੰ ਕਹਿੰਦੇ ਹੁੰਦੇ ਕਿ ਮੈਨੂੰ ਬੋਲਣ ਚ ਦਿੱਕਤ ਆਉਂਦੀ ਹੁੰਦੀ ਹੈ ਕਿ ਕਿੱਦਾਂ ਰਿਕਾਰਡਿੰਗ ਕਰਾਂ ਜਾਂ ਕਿੱਦਾਂ ਬਟ ਮੈਂ ਤਾਂ ਕਦੇ ਸੋਚ ਕੇ ਨਹੀਂ ਬੋਲਿਆ ਜੋ ਮੇਰੇ ਮੂੰਹ ਦੇ ਵਿੱਚ ਆਈ ਜਾਂਦਾ ਹੈ ਕੰਮ ਦੇ ਅਕੋਰਡਿੰਗ ਜੋ ਕੁਝ ਵੀਡੀਓ ਚ ਕਰ ਰਹੀਆਂ ਮੈਂ ਤਾਂ ਬੋਲਦੀ ਰਹਿਣੀ ਹੁੰਦੀ ਹੈ ਮੈਂ ਕਦੇ ਸੋਚਿਆ ਨਹੀਂ ਹੈ ਬਈ ਇਹ ਬੋਲਣਾ ਹੈ ਜਾਂ ਉਹ ਬੋਲਣਾ ਬਸ ਜੋ ਦਿਮਾਗ ਚ ਆ ਜਾਂਦਾ ਮੈਂ ਤੁਹਾਡੇ ਸਾਰਿਆਂ ਨਾਲ ਉਹੀ ਗੱਲਾਂ ਕਰਦੀ ਰਹਿਣੀ ਹੈਗੀ ਸਗੋਂ ਵਧੀਆ ਹੈਗਾ ਮੇਰੇ ਦਾ ਦਿਲ ਲੱਗਿਆ ਰਹਿੰਦਾ ਤੁਹਾਡੇ ਸਾਰ ਹੋ ਜਾਂਦਾ ਹੈਗਾ ਸੋ ਹਾਂਜੀ ਫੈਮਿਲੀ ਮੈਂ ਨਾ ਹੁਣੇ ਆਪਣਾ ਝਾੜੂ ਵਗੈਰਾ ਮਾਰਿਆ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਤੇ ਮੈਂ ਨਾ ਹੁਣ ਕੜੀ ਦੇਖ ਰਹੀ ਹਾਂ ਕੜੀ ਰੱਖੀ ਹੋਈ ਹੈ ਨਾ ਸਵੇਰ ਦੀ ਬਣਨੀ ਕਿਉਂਕਿ ਕੜੀ ਨੂੰ ਬਣਾਣ ਚ ਬਹੁਤ ਟਾਈਮ ਲੱਗਦਾ ਰਿਜ ਰਿਜ ਕੇ ਕੜੀ ਬੰਦੀ ਹੁੰਦੀ ਦਿਖਾਉਣੀਆਂ ਤੁਹਾਨੂੰ ਸਾਰਾ ਨੂੰ ਕੜੀ ਕਿੱਦਾਂ ਅੱਜ ਨਾ ਮੈਂ ਨਾ ਕੜੀ ਜਿਵੇਂ ਸਿੰਪਲ ਤੇ ਆਸਾਨ ਮਾੜਦਾ ਤੜਕਾ ਲਗਾ ਕੇ ਉਦਾਂ ਹੀ ਜਿਵੇਂ ਪਲਸਤੀ ਦੇ ਵਿੱਚ ਕਰ ਦਿੰਨੇ ਹਾਂ ਉਦਾਂ ਦਾ ਰਹੇਗਾ ਤਬ ਆਪਾਂ ਬਾਚ ਪਕੌੜੇ ਪਾਵਾਂਗੇ ਤੇ ਜੀ ਆਲੂ ਵਗੈਰਾ ਤਾਂ ਨਹੀਂ ਮੈਂ ਪਾਈ ਕਿਉਂਕਿ ਆਪਾਂ ਪਕੌੜੇ ਪਾਵਾਂਗੇ ਮੈਂ ਨਾ ਕੱਲ ਮੋਕਸ਼ੀ ਲਈ ਨਾ ਆਲੂਆਂ ਦੇ ਪਕੌੜੇ ਬਣਾਏ ਸੀ ਮੈਂ ਕਿ ਚਲ ਖਾ ਲੇਗੀ ਬਟ ਉਹਨੇ ਪਏ ਰਹਿ ਗਏ ਕਿੰਨੇ ਸਾਰੇ ਫਿਰ ਮੈਂ ਫ੍ਰਿਜ ਰੱਖਦੇ ਸੀ ਵੀ ਸਵੇਰੇ ਕੜੀ ਬਣਾ ਲਵਾਂਗੇ ਉਹਦੇ ਚ ਪਾ ਦੂੰਗੇ ਵੀ ਕਿਉਂ ਆਪਾਂ ਚੀਜ਼ ਨੂੰ ਵੇਸਟ ਕਰੀ ਹਣਾ ਤਾਂ ਕਰਕੇ ਬਸ ਉਹਨੋਂ ਪਕੌੜੇ ਪਾਉਂਗੀ ਮੈਂ ਤੇ ਖਾਣੇ ਤਾਂ ਸਾਰੇ ਨੂੰ ਕੜੀ ਆਹ ਦੇਖੋ ਨਹੀਂ ਕੜੀ ਬਣ ਰਹੀ ਹੈ ਬਿਲਕੁਲ ਅੱਜ ਨਾ ਮੈਂ ਕੜੀ ਬਹੁਤ ਥੋੜੀ ਬਣਾਈ ਜਾਨੀ ਕੋ ਨਹੀਂ ਮੈਂ ਕੜੀ ਕੁੱਕਰ ਭਰ ਕੇ ਜਾਂ ਤਿਲਾ ਭਰ ਕੇ ਬਣਾਉਣ ਨੂੰ ਨਹੀਂ ਆਈ ਵਾਰ ਕਿਉਂਕਿ ਸਾਡੇ ਲੱਗ ਜਾਂਦੀ ਹੈ ਕਿ ਮੇਰੇ ਆਂਡੇ ਗਵੰਡੀ ਵੀ ਮੇਰੀ ਕੜੀ ਪਸੰਦ ਕਰਦੇ ਆ ਮੈਂ ਉਹਨਾਂ ਨੂੰ ਦੇ ਜਾਣੀ ਹੁੰਦੀ ਹੈਗੀ ਤੇ ਅੱਜ ਮੈਂ ਥੋੜੀ ਜੀ ਬਣਾਈ ਆ ਮੈਂ ਕਿਹਾ ਸਭ ਜ਼ਿਆਦਾ ਕੀ ਕਰਨੇ ਹਨ ਥੋੜੀ ਜੀ ਬਣਾ ਲੈਨੇ ਆਪਾਂ ਤੇ ਬਸ ਆਹੀ ਕੁਛ ਹੈਗਾ ਮੋਕਸ਼ੀ ਨੂੰ ਪਾਪਾ ਲੈਣ ਗਏ ਹੋਏ ਆ ਉਹ ਆਣ ਆਲੀ ਹੈ ਤੇ ਆਪਾਂ ਪੁੱਟੀ ਕਰਾਂਗੇ ਕਮਰੇ ਦੇ ਵਿੱਚ ਮੈਂ ਕਿਹਾ ਚਲੋ ਮੋਕਸ਼ੀ ਆ ਜੇ ਥੋੜੀ ਸੈਟ ਹੋਲੇਗੀ ਉਸ ਤੋਂ ਬਾਅਦ ਕਰਾਂਗੇ ਕਿਉਂਕਿ ਦਿਨ ਕਰਕੇ ਜਿੰਨੀ ਸਫਾਈ ਹੋਏਗੀ ਵਧੀਆ ਹੈਗਾ ਦੀਵਾਲ ਤੇ ਨਾ ਬਸ ਮੈਨੂੰ ਬੁਖਾਰ ਹੋ ਗਿਆ ਸੀ ਇੱਕ ਦੋ ਦਿਨਾਂ ਤੋਂ ਤਾਂ ਉਹਦੇ ਕਰਕੇ ਫਿਰ ਵੀਕਨੈਸ ਜੀ ਆ ਗਈ ਸੀ ਮੇਰੀ ਬੋਡੀ 'ਚ ਤਾਂ ਕਰਕੇ ਮੈਂ ਕੰਮ ਨਹੀਂ ਕਰ ਪਾਈ ਜਿਆਦਾ ਕੋਈ ਤੇ ਫਿਰ ਮੈਂ ਉਹ 30 ਕਹਤਾ ਪਾਪਾ ਨੂੰ ਵੀ ਛੱਡ ਦੂੰ ਕਿਉਂ ਇਕੱਲੇ ਪਾਪਾ ਕਰਦੇ ਨਹੀਂ ਹੈਗੇ ਤੇ ਜੇ ਮੈਂ ਲਗੂਗੀ ਤਾਂ ਕਰ ਲੈਣਗੇ ਉਹ ਵੀ ਨਾਲ ਹੀ ਤਾਂ ਅਸੀਂ ਰਲ ਮਿਲ ਕੇ ਕਰ ਲੈਣੇ ਹੁੰਨੇ ਆ ਤੇ ਹੁਣ ਨਾ ਫਿਰ ਇੱਕ ਦੋ ਦਿਨ ਤਬੀਅਤ ਜੀ ਖਰਾਬ ਹੋ ਗਈ ਸੀ ਫਿਰ ਮੈਂ ਕੰਮ ਨਹੀਂ ਕਰਿਆ ਸੀ ਤੇ ਆਪਾਂ ਹੁਣ ਕਰਾਵੇ ਪੁੱਟੀਵਾ ਦਾ ਕੰਮ ਜਦੋਂ ਪੁੱਟੀਵਾ ਦਾ ਥੰਮ ਹੈ ਨਾ ਇਹ ਕਰਕੇ ਨਾ ਦੁਕਾਨ ਬਹੁਤ ਹੁੰਦੀ ਹੈ ਕਿ ਪਹਿਲਾਂ ਕੰਮ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈਗੀ ਤੁਸੀਂ ਕਰਕੇ ਦੇਖ ਲਿਓ ਬਹੁਤ ਮਿਹਨਤ ਹੈਗੀ ਤੇ ਆਪਣੀ ਕੜੀ ਬਣ ਰਹੀ ਹੈ ਤੇ ਪਕੌੜੇ ਮੈਂ ਕੱਲ ਬਣਾਏ ਸੀ ਦਿਖਾਣੀਆਂ ਤੁਹਾਨੂੰ ਫ੍ਰਿਜ ਚ ਰੱਖੇ ਹੋਏ ਨੇ ਮੈਂ ਆਪ ਇਹ ਦੇਖੋ ਤੇ ਬਸ ਇਹਨੂੰ ਆਪਾਂ ਜਦੋਂ ਕੜੀ ਬਣ ਜਾਏਗੀ ਫਿਰ ਬਾਅਦ ਦੇ ਵਿੱਚ ਪਾਵਾਂਗੇ ਉਦੋਂ ਫਿਰ ਐਵੇਂ ਹੋ ਜਾਂਦਾ ਹੈ ਕਿ ਫਿਰ ਜਿਹੜੇ ਪੋੜੇ ਨੇ ਨਾ ਬੀਜੇ ਦੇ ਪਕੌੜੇ ਨੂੰ ਸਾਰੀ ਕੜੀ ਝੂਸ ਲੈਣੇ ਨੇ ਤੇ ਮੈਂ ਸੋਚ ਰਹੀ ਆ ਥੋੜੀ ਦੇ ਦੇਣਾ ਆਹ ਨਾ ਆਣਾ ਮੈਨਾਂ ਤਾਂ ਮਗਾਇ ਸੀ ਕਿ ਕੰਗੜ ਹੋਣ ਜਾਣਗੇ ਇਹਦਾ ਜੀ ਸਬਜੀ ਬਣਦੀ ਆ ਤੇ ਮੈਂ ਸੋਚੀ ਐ ਵੀ ਪਾ ਲੈਣੀ ਕੜੀ 'ਚ ਥੋੜੀ ਜਿਹਾ ਨਾ ਸਵਾਦ ਬਣ ਜਾਏਗੀ ਕੜੀ ਤੇ ਪਾਉਨੇ ਆਪਾਂ ਥੋੜੀ ਜਿਹਾ ਜ਼ਿਆਦਾ ਰਣੀ ਦੋ ਚਾਰ ਪਾ ਕੇ ਦੇਖ ਲੈਂਾਂ ਸਵਾਦ ਬਣ ਗਿਆ ਨਾ ਕੜੀ ਪਕੋੜੇ ਪਾ ਦੇ ਤੇ ਵਸੋੜੇ ਜਿਹਾ ਪਕੋੜੇ ਪਾ ਲੇ ਹੁਣ ਮੈਂ ਫੈਨ ਓਨ ਕਰਦੀ ਐ ਨਾ ਫੈਨ ਦੀ ਬਹੁਤ ਆਵਾਜ਼ ਆਂਦੀ ਐ ਕਿ ਮੈਂ ਤਾਂ ਕਰਕੇ ਬੰਦ ਕਰ ਰੱਖਿਆ ਸੀ ਮੈਂ ਕਿ ਅੱ비 ਤੁਹਾਨੂੰ ਸਾਰਿਆਂ ਨੂੰ ਫਿਰ ਮੇਰੀ ਬਾਜ ਨਹੀਂ ਸੁਣਨੀ ਤੇ ਪਰ ਮੈਨੂੰ ਗਰਮੀ ਬਹੁਤ ਲੱਗ ਰਹੀ ਐ ਪਸੀਨਾ ਅੱਜ ਕੱਲ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਜਿੱਦਾਂ ਹੀ ਨਾ ਮੌਸਮ ਠੰਡਾ ਹੋ ਰਿਹਾਗਾ ਸਭੋ ਠੰਡਾ ਹੋਣਾ ਚਾਹੀਦਾ ਜਿਸ ਹੱਬ ਨਾਲ ਅਕਤੂਬਰ ਆਣ ਆਲਾ ਉਹ ਸਭ ਨਾ ਬਹੁਤ ਜ਼ਿਆਦਾ ਗਰਮੀ ਹੋ ਰਹੀਏਗੀ ਤੇ ਬਸ ਹਣਾ ਬਾਕੀ ਨਾ ਮੈਨੂੰ ਨਾ ਕੱਲ ਮੈਂ ਲਾਈਵ ਆਈ ਸੀ ਮੈਨੂੰ ਦੋ ਜਣੇ ਦਾ ਕਮੈਂਟ ਆਂਦੇ ਨੇ ਕਿ ਹਾਂ ਪਾਕਿਸਤਾਨ ਤੋਂ ਨੇ ਅਸੀਂ ਤੁਹਾਡੇ ਫੈਨਸ ਆ ਜਾਂ ਕੁਝ ਵੀ ਬਹੁਤ ਵਧੀਆ ਲੱਗਦਾ ਹੈਗਾ ਹਨਾ ਵੀ ਮੈਂ ਵੀ ਸਿੰਪਲ ਸੋਬਰ ਜੀ ਜਾਂ ਮੈਂ ਕਿਹੜਾ ਕੋਈ ਵੀ ਆਪਣਾ ਕੰਮ ਕਰ ਰਹੀ ਆ ਚਲੋ ਹਨਾ ਤੁਹਾਡੇ ਸਾਰਿਆਂ ਲਈ ਬਟ ਮੈਨੂੰ ਅੱਛਾ ਲੱਗਦਾ ਜਦੋਂ ਕੋਈ ਕਹਿੰਦਾ ਮੈਂ ਫੈਨ ਆ ਤੁਹਾਡਾ ਜਾਂ ਕੁਝ ਵੀ ਬਹੁਤ ਵਧੀਆ ਲੱਗਦਾ ਹੈਗਾ ਕੰਮ ਕਰ ਰਹੀ ਆ ਮਿਹਨਤ ਕਰ ਰਹੀ ਆ ਤੇ ਇਦਾਂ ਹੀ ਕਰਦੇ ਰਾਵਾਂਗੇ ਸੋ ਜੇ ਤੁਹਾਨੂੰ ਸਾਰੇ ਨੂੰ ਵਲੌਗ ਲਾਸਟ ਤੱਕ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਕਰਕੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਹਨਾ ਵਧੀਆ ਲੱਗਦਾ ਜਦੋਂ ਤੁਸੀਂ ਵਧੀਆ ਕਮੈਂਟ ਕਰਦੇ ਹੋ ਮੋਟੀਵੇਸ਼ਨ ਮਿਲ ਤੇ ਹਰ ਕਿਸੇ ਨਾਲ ਜਿਹੜਾ ਕੋਈ ਨਵਾਂ ਨਵਾਂ ਆਂਦਾ YouTube ਤੇ ਉਹਨੂੰ ਕੁਛ ਨਹੀਂ ਪਤਾ ਹੁੰਦਾ ਕਿੱਦਾਂ ਕਿਵੇਂ ਕਰਨਾ ਹਨਾ ਉਹ ਲਈ ਸਭ ਸਵਨਚ ਚਾਣ ਲੱਗ ਜਾਂਦਾ ਹੁੰਦਾ ਕਿਸੇ ਨੂੰ ਤਾਂ ਕੈਮਰੇ ਅੱਗੇ ਗੱਲ ਵੀ ਨਹੀਂ ਕਰਨੀ ਆਂਦੀ ਵੀ ਕਿਵੇਂ ਕਰਨੀ ਹੈਗੀ ਕਈਆਂ ਇਦਾਂ ਦੇ ਹੁੰਦੇ ਹੈਗੇ ਤੇ ਬਟ ਮੈਂ ਵੀ ਇਦਾਂ ਹੀ ਆਂ ਵੀ ਮੈਂ ਥੋੜਾ ਸ਼ਾਈ ਫੀਲ ਕਰਦੀ ਕਿ ਕਿਸੇ ਸਾਹਮਣੇ ਉਦਾਂ ਤਾਂ ਮੈਂ ਨੋਰਮਲ ਗੱਲ ਕਰਦੀ ਰਹਿੰਦੀ ਹਾਂ ਕੈਮਰੇ ਅੱਗੇ ਤੇ ਬਸ ਇਹੀ ਕੁਛ ਹੈਗਾ ਤੇ ਹੌਲੀ ਹੌਲੀ ਹੁੰਦਿਆਂ ਨਾ ਸਾਰਾ ਕੁਝ ਬੰਦਾ ਸਿੱਖਣ ਲੱਗ ਜਾਂਦਾ ਜਿਹੜੇ ਕੰਮ 'ਚ ਪੈ ਜਾਂਦਾ ਉਹ ਕੰਮ ਆਉਣ ਲੱਗ ਜਾਂਦਾ ਹੁਣ ਮੈਂ ਵੀ ਆਪਣੇ ਜਿੱਦਾਂ ਕੰਮ 'ਚ ਪੈ ਗਈਆਂ ਮੈਨੂੰ ਆਉਣ ਲੱਗ ਗਿਆਗਾ ਮੈਂ ਕੈਮਰੇ 'ਕੇ ਬੋਲਣ ਲੱਗ ਗਈਆਂ ਤੇ ਬਹੁਤ ਵਧੀਆ ਲੱਗਦਾ ਹੈ ਤੁਹਾਡੇ ਸਾਹਮਣੇ ਥੋੜੀ ਗੱਲਾਂ ਗੱਲਬਾਤਾਂ ਕਰ ਲੈਣੀ ਆ ਜਿਵੇਂ ਇੱਕ ਦਿਨ ਵੀ ਵੀਡੀਓ ਨਾ ਨਾ ਬਾਵਾਂ ਮੈਨੂੰ ਇਦਾਂ ਲੱਗਦਾ ਸ਼ਾਇਦ ਮੇਰੀ ਲਾਈਫ ਦੇ ਵਿੱਚ ਕੁਛ ਅਧੂਰਾ ਜਿਹਾ ਰਹਿ ਗਿਆ ਕੀ ਦਿਲ ਨਹੀਂ ਲੱਗਦਾ ਮੇਰਾ ਮੈਂ ਇੱਕ ਦਿਨ ਵੀ ਕੰਮ ਨਾ ਕਰਾਂ ਸੋ ਬਾਕੀ ਤੁਸੀਂ ਸਾਰੇ ਜਣੇ ਬਸ ਇਦਾਂ ਹੀ ਸਪੋਰਟ ਪਿਆਰ ਦਿੰਦੇ ਰਹੋ ਚਲੋ ਆਪਾਂ ਕੜੀ ਵਗੈ ਸੋ ਹਾਂਜੀ ਫੈਮਿਲੀ ਇੱਥੇ ਨਾ ਮੈਂ ਪੁੱਟੀ ਵਗੈਰਾ ਕਰਨ ਲੱਗੀ ਸੀਗੀ ਤੇ ਇੱਥੇ ਮੈਂ ਨਾ ਕੱਪੜੇ ਚੇਂਜ ਕਰ ਲਈ ਸੀ ਮੈਂ ਨਾਈਟਸੂਟ ਵੇਅਰ ਕਰ ਲਿਆ ਸੀ ਕਿਉਂਕਿ ਮੇਰਾ ਸੂਟ ਮੈਨੂੰ ਐਸੀ ਖਰਾਬ ਨਾ ਹੋ ਜਾਏ ਵੀ ਨਵੇਂ ਕੱਪੜੇ ਹੁੰਦੇ ਆ ਨਾ ਤਾਂ ਫਿਰ ਨਾਈਟਸੂਟੇ ਹੁੰਦਾ ਕਿ ਪੁਰਾਣਾ ਸੂਟ ਪਾ ਕੇ ਹੀ ਕੰਮ ਕਰਦੀ ਆ ਮੈਂ ਇਹ ਵਾਲਾ ਕੋਈ ਦਾਗ ਲੱਗ ਜਾਵੇ ਜਾਂ ਕੁਝ ਵੀ ਵੀ ਇਦਾਂ ਹੁੰਦਾ ਹੈ ਕਿ ਚਲੋ ਇਹਦੇ ਤੇ ਲੱਗ ਜਾਵੇ ਕੋਈ ਗੱਲ ਨਹੀਂ ਤੇ ਹੁਣ ਮੈਂ ਇੱਥੇ ਪੁੱਟੀ ਦਾ ਇਸਵਰ ਪਿੰਕ ਕਲਰ ਥੋੜਾ ਲਾਈਟ ਪਿੰਕ ਕਲਰ ਮਿਕਸ ਕਰ ਲਿਆ ਸੀ ਪੀਚ ਕਲਰ ਆਪਣੇ ਕੋਲ ਹੈ ਨਹੀਂ ਸੀ ਜਿਹੜਾ ਕਲਰ ਅਵੇਲੇਬਲ ਸੀ ਆਪਾਂ ਉਹ ਹੀ ਦੇਖ ਲਓ ਤੁਸੀਂ ਮੈਂ ਅੱਧੀ ਤੋਂ ਜ਼ਿਆਦਾ ਦੀਵਾਰ ਕਰਤੀ ਹੋਈ ਸੀ ਕੱਲੀ ਜਨੀ ਨੇ ਸਾਰੀ ਦੀਵਾਰ ਕਰੀ ਸੀ ਉਸ ਤੋਂ ਬਾਅਦ ਮੇਰੀ ਢੂਈ ਦੀ ਮੇਰੀ ਕਮਰ ਰਦੀ ਟਾਂਡਾ ਬਿਸ ਹੋ ਗਈ ਸੀ ਬਹੁਤ ਜ਼ਿਆਦਾ ਕਮਰ ਦੁਖਣ ਲੱਗੀ ਸੀ ਕਿਉਂਕਿ ਬੈੱਡ ਤੇ ਬੈਠੀ ਬੈਠੀ ਕੰਮ ਲੱਗੀ ਹੋਈ ਸੀ ਕਰਨ ਇਹ ਵੀ ਡਰ ਸੀ ਕਾ ਕਿ ਬੈੱਡ ਤੇ ਕੋਈ ਛਿੱਟਾ ਨਾ ਪੈ ਜਾਏ ਹਣਾ ਤੇ ਕਿਉਂਕਿ ਬਸ ਇਹੀ ਸੋਚ ਸੋਚ ਕੇ ਲੱਗੀ ਹੋਈ ਸੀ ਤੇ ਹੁਣ ਇਸ ਤੋਂ ਬਾਅਦ ਬਸ ਸਾਰਾ ਤੁਹਾਨੂੰ ਦਿਖਾ ਦੂੰਗੀ ਕੰਪਲੀਟ ਵੀ ਦੇਖ ਲਓ ਸਾਰੀ ਕੰਪਲੀਟ ਹੋ ਗਈ ਸੋ ਬਸ ਇਦਾਂ ਹੀ ਮੈਂ ਆਪਣੀ ਝੂਟੀ ਵੀ ਕਰ ਲਈ ਆਪਣਾ ਕਮਰਾ ਵੀ ਸਾਫ਼ ਕਰ ਲਿਆ ਬਸ ਮੈਂ ਆਰਾਮ ਨਾਲ ਹਣਾ ਸੱਚੀ ਨੀਅਤ ਨਾਲ ਆਪਣੇ ਘ ਖੰਦੀ ਕੋਸ਼ਿਸ਼ ਕਰ ਰਹੀ ਹਾਂ ਵੀ ਹੁਣ ਮੈਂ ਜਿੰਨਾ ਹੋ ਸਕਦਾ ਹਨਾ ਦੀਵਾਲੀ ਨੇੜੇ ਆ ਰਹੀ ਹੈ ਸਾਫ ਸਫਾਈਆਂ ਕਰੀਏ ਆਪਾਂ ਫਿਰ ਆਪਾਂ ਸਾਰੀ ਡੀਪ ਕਲੀਨਿੰਗ ਕਰਾਂਗੇ ਜਿਵੇਂ ਮੰਨ ਲਓ ਜਾਲੇ ਵਗੈਰਾ ਉਤਾਰਾਂਗੇ ਬਾਰੀਆਂ ਸਾਫ ਕਰਾਂਗੇ ਹੋਰ ਵੀ ਡੀਪ ਕਲੀਨਿੰਗ ਹੁੰਦੀ ਹੈ ਜਿਵੇਂ ਘਰ ਦੇ ਵਿੱਚ ਉਦਾ ਕਰਾਂਗੇ ਫਿਰ ਤੁਹਾਡੇ ਸਾਰਿਆਂ ਨੂੰ ਵੀਡੀਓ ਰਹੀ ਸ਼ੇਅਰ ਕਰੂੰਗੀ ਬਾਕੀ ਜੇ ਵੀਡੀਓ ਪਸੰਦ ਆਉਂਦੀ ਹੈ ਲਾਸਟ ਤੱਕ ਲਾਈਕ ਜ਼ਰੂਰ ਕਰ ਦਿਆ ਕਰੋ ਪਲੀਜ਼ ਤੇ ਕਮੈਂਟ ਕਰਕੇ ਪਿਆਰਾ ਜਿਹਾ ਦੱਸਿਆ ਕਰੋ ਵੀਡੀਓ ਕਿੱਦਾਂ ਲੱਗਦੀ ਹੈ ਕਿ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵ ਨੇ ਤਾਂ ਸਬਸਕ੍ਰਾਈਬ ਕਰਨਾ ਹੀ ਪੈਣਾ ਹੈ ਸੋ ਮੈਗੀ ਕੈਰੀਆਂ ਸੁਣ ਲੋ ਧਿਆਨ ਨਾਲ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਪਹਿਲੀ ਵਾਰ ਆਇਆ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਨੇ ਮੈਨੂੰ ਇੰਨਾ ਸਪੋਰਟ ਕਰਦੇ ਨੇ ਤੁਹਾਡਾ ਸਾਰਿਆਂ ਦਾ ਦਿਲੋਂ ਥੈਂਕ ਯੂ ਹਨਾ ਧੰਨਵਾਦ ਵੀ ਤੁਸੀਂ ਇੰਨਾ ਸਪੋਰਟ ਤੇ ਪਿਆਰ ਦਿੰਦੇ ਹੋ ਤੇ ਹੁਣ ਵੈਸੇ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਕਿ ਤੁਸੀਂ ਇੰਨਾ ਪਿਆਰ ਤੇ ਸਪੋਰਟ ਦਿੰਦੇ ਹੋ ਕਿਉਂਕਿ ਮੈਨੂੰ ਉਹ ਸ਼ਾਇਦ ਕਿਤੇ ਨਾ ਕਿਤੇ ਡਰ ਲੱਗਦਾ ਹੈ ਕੰਮ ਕਰਨ ਲੱਗਿਆ ਹਨਾ ਸੋਸ਼ਲ ਮੀਡੀਆ ਤੇ ਸੌਖਾ ਨਹੀਂ ਹੁੰਦਾ ਕੰਮ ਕਰਨਾ ਆਪਣੇ ਆਪ ਨੂੰ ਦਿਖਾਣਾ ਬਹੁਤ ਔ ਬਾਕੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਮੈਨੂੰ ਇਹਨਾਂ ਸਪੋਰਟ ਕਰਦੇ ਹੋ ਸੋ ਇੱਥੇ ਮੇਰੀ ਬੈੱਡ ਸ਼ੀਟ ਹਨਾ ਮੈਂ ਵਿਛਾ ਲਈ ਸੀਗੀ ਜਿਵੇਂ ਹੀ ਸੁੱਕ ਗਿਆ ਆਪਣਾ ਭੁੱਟੀ ਵਗੈਰਾ ਉਸ ਤੋਂ ਬਾਅਦ ਗੱਤੀ ਵਗੈਰਾ ਸੈੱਟ ਕਰਕੇ ਮੈਂ ਬੈੱਡ ਸ਼ੀਟ ਵਿਛਾ ਲਈ ਤੇ ਬਸ ਇਸ ਤੋਂ ਬਾਅਦ ਸੋ ਹਾਂਜੀ ਫੈਮਿਲੀ ਅਸੀਂ ਭੁੱਟੀ ਕਰ ਲਈ ਸੀਗੀ ਆਹ ਵਾਲੀ ਸਾਰੀ ਦਵਾਰ ਤੇ ਆਹ ਵਾਲੀ ਤੇ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਆ ਹਵਾਲੀ ਸਾਰੀ ਦਵਾਰ ਆਪਾਂ ਕਰ ਲਈ ਜਿੱਥੇ-ਜਿੱਥੇ ਤੱਕ ਚਲੋ ਮੋਕਸ਼ੀ ਨੇ ਖਲਾਰਾ ਜਾ ਹਨਾ ਵੀ ਪੈਂਕਾਂ ਦੇ ਮਤਲਬ ਪੈਨਸਿਲਾਂ ਵਾਲੇ ਨਿਸ਼ਾਨ ਲਗਾਏ ਹੋਏ ਸੀ ਉੱਥੋਂ ਤੋਂ ਤੇ ਆਪਾਂ ਇੱਥੋਂ-ਇਥੋਂ ਕਰ ਲਈ ਇੰਨੀ-ਇੰਨੀ ਤੇ ਇਧਰੋਂ ਵੀ ਮੈਂ ਕਰ ਲਈ ਥੋੜੀ ਜੀ ਵੀ ਹੁਣ ਚੱਲ ਲੱਗੇ ਆ ਵੀ ਚਲੋ ਕਰ ਲੈਨੇ ਆ ਜਨੇ ਰੂਮ ਦਾ ਜਿਹੜਾ ਲੁੱਕ ਹੈ ਉਹ ਕਿਦਾਂ ਲੱਗ ਰਿਹਾ ਪਹਿਲਾਂ ਨਾਲੋਂ ਹਨਾ ਵਧੀਆ ਲੱਗ ਰਿਹਾਗਾ ਕਿਉਂਕਿ ਸਾਫ ਸੁਥਰਾ ਵਧੀਆ ਲੱਗਦਾ ਹੈਗਾ ਮੁਕਸ਼ੀ ਬਹੁਤ ਜ਼ਿਆਦਾ ਹਨਾ ਗੰਦ ਪਾ ਦਿੰਦੀ ਹੈਗੀ ਪੈਂਸਲ ਮੁੰਸਰਾ ਨਾਲ ਲੱਗੀ ਰਹਿੰਦੀ ਹੁੰਦੀ ਹੈਗੀ ਸੋ ਬਸ ਅੱਜ ਵਾਲਾ ਇਹੀ ਵਲੋਗ ਸੀ ਜਦੋਂ ਤੁਹਾਨੂੰ ਸਾਰਿਆਂ ਨੂੰ ਮੇਰਾ ਵਲੋਗ ਵਧੀਆ ਲੱਗੇਗਾ ਲਾਈਕ ਸ਼ੇਅਰ ਕਮੈਂਟ ਕਰਕੇ ਜੁ ਦੱਸਿਓ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਸੋ ਹੁਣ ਤਾਂ ਸਾਰਿਆਂ ਨੂੰ ਮਿਲੂੰਗੀ ਨੈਕਸਟ ਨਿਊ ਵਲੋਗ ਨਾਲ ਤੱਕ ਲਈ ਬਾਏ ਬਾਏ ਟੇਕ ਕੇਅਰ ਸਾਰੇ ਜਣੇ ਤਿਆਰ ਰੱਖਿਓ